ਸਾਤਰੀਆ ਕਾਲ ਤੁਸੀਂ ਦੇਖ ਰਹੇ ਆ ਪੰਜਾਬ ਮੀਲ ਯੂਐਸਟੀਵੀ ਮੈਂ ਬਰਨ ਕਾਰਮਾਨ ਖਬਰਾਂ ਦੇ ਬ੍ਰਿਟਨ ਦੇ ਵਿੱਚ ਤੁਹਾਡਾ ਸਵਾਗਤ ਖਬਰਾਂ ਦੇ ਬ੍ਰਿਟਨ ਦੇ ਸਪான்ਸਰ ਰੀਮੈਕਸ ਤੇ ਰੇਲਟਰ ਗੁਰਜਤਿੰਦਰ ਸਿੰਘ ਰੰਦਾਵਾ ਇਹਨਾਂ ਤੋਂ ਹਰ ਤਰੀਕੇ ਦੀ ਪ੍ਰਾਪਰਟੀ ਖਰੀਦੀ ਤੇ ਵੇਚੀ ਜਾ ਸਕਦੀ ਹੈ ਇਹਨਾਂ ਦੇ ਫੋਨ ਨੰਬਰ ਤੁਸੀਂ ਸਕਰੀਨ ਤੇ ਦੇਖ ਸਕਦੇ ਹੋ ਤੇ ਹੁਣ ਪੇਸ਼ ਤੇ ਪਹਿਲਾਂ ਚੋਣਦੀਆਂ ਖਬਰਾਂ ਨਿਊਜ਼ੀਲੈਂਡ ਸਰਕਾਰ ਨੇ ਲਿਆ ਅਹਿਮ ਫੈਸਲਾ ਭਾਰਤੀਆਂ ਨੂੰ ਹੋਵੇਗਾ ਵੱਡਾ ਫਾਇਦਾ ਪੰਜਾਬੀਆਂ ਨੇ ਹਵਾਈ ਉਡਾਰੀ ਦੇ ਤੋੜੇ ਰਿਕਾਰਡ ਅੰਮ੍ਰਿਤਸਰ 에어ਪੋਰਟ ਤੇ ਅੰਤਰਰਾਸ਼ਟਰੀ ਯਾਤਰੀਆਂ ਦੀ ਗਿਣਤੀ 'ਚ ਬਹੁਤ ਵੱਡਾ ਵਾਧਾ ਅਮਰੀਕੀ ਰਾਸ਼ਟਰਪਤੀ ਦੇ ਜਹਾਜ਼ ਤੱਕ ਪਹੁੰਚਿਆ ਕੁਸ ਬੈਠੀਆਂ ਗੋਲੀ ਮਾਰ ਕੇ ਪਜਾਇਆ ਅਮਰੀਕਾ ਦੇ ਰਾਸ਼ਟਰਪਤੀ ਵੱਲੋਂ ਚਾਈਨਾ ਨੂੰ ਸਖਤ ਚੇਤਾਵਨੀ ਤੁਰਕੀ ਅਤੇ ਸੀਰੀਆ ਦੇ ਵਿੱਚ ਪੁਚਾਲ ਕਾਰਨ ਮਰਨ ਵਾਲਿਆਂ ਦੀ ਗਿਣਤੀ ਹੋਈ 15000 ਤੋਂ ਪਰ ਚੰਗੇ ਭਵਿੱਖ ਦੇ ਲਈ 1 ਮਹੀਨਾ ਪਹਿਲਾਂ ਕੈਨੇਡਾ ਗਈ 20 ਸਾਲਾ ਲੜਕੀ ਨੇ ਕੀਤੀ ਆਤਮ ਹੱਤਿਆ ਤੇ ਹੁਣ ਇਹਨਾਂ ਖਬਰਾਂ ਦਾ ਵਿਸਥਾਰ ਅਮਰੀਕਾ ਕੈਨੇਡਾ ਸਣੇ ਦੇਸ਼ ਵਿਦੇਸ਼ ਦੀਆਂ ਹੋਰ ਬਹੁਤ ਸਾਰੀਆਂ ਖਬਰਾਂ ਨਿਊਜ਼ੀਲੈਂਡ ਦੇ ਪ੍ਰਧਾਨ ਮੰਤਰੀ ਕ੍ਰਿਸ ਸੇਪਕਿੰਸ ਨੇ ਬੁੱਧਵਾਰ ਨੂੰ ਇੱਕ ਵੱਡਾ ਐਲਾਨ ਕੀਤਾ ਐਲਾਨ ਦੇ ਮੁਤਾਬਕ ਕੰਜ਼ਿਊਮਰ ਪ੍ਰਾਈਸ ਇੰਡੈਕਸ ਦੇ ਅਨੁਸਾਰ ਨਿਊਜ਼ੀਲੈਂਡ 1 ਅਪ੍ਰੈਲ ਤੋਂ ਘਟੋ-ਕਟ ਉਜਰਤ ਦੇ 1.7 ਨਿਊਜ਼ੀਲੈਂਡ ਡਾਲਰ ਵਧਾ ਕੇ 22.7 ਨਿਊਜ਼ੀਲੈਂਡ ਡਾਲਰ ਪ੍ਰਤੀ ਘੰਟਾ ਕਰੇਗਾ ਹੈਪਕਿੰਸ ਨੇ ਕਿਹਾ ਕਿ ਮੁਸ਼ਕਲ ਸਮੇਂ ਵਿੱਚ ਉਹਨਾਂ ਲੋਕਾਂ ਦਾ ਸਮਰਥਨ ਕਰਨਾ ਮਹੱਤਵਪੂਰਨ ਹੈ ਜੋ ਆਪਣੀਆਂ ਲੋੜਾਂ ਪੂਰੀਆਂ ਕਰਨ ਲਈ ਸਭ ਤੋਂ ਵੱਧ ਸੰਘਰਸ਼ ਕਰਦੇ ਨੇ ਸਮਾਚਾਰ ਏਜੰਸੀ ਚਿਰੁਹਾ ਦੇ ਰਿਪੋਰਟ ਦੇ ਮੁਤਾਬਕ ਕ੍ਰਿਸ਼ਨੇ ਕਿਆਕੀ ਕਟ ਆਮਦਨ ਵਾਲੇ ਲੋਕ ਕਈ ਤਰ੍ਹਾਂ ਦੀਆਂ ਕਮੀਆਂ ਦਾ ਸਾਹਮਣਾ ਕਰਦੇ ਨੇ ਇਸ ਨਵੇਂ ਫਾਸਟ ਨੇ ਨਾਲ ਆਮ ਜਨਤਾ ਨੂੰ ਫਾਇਦਾ ਹੋਏਗਾ ਕ੍ਰਿਸ਼ਨੇ ਕਿਆਕੀ ਕਟੋ ਕਟ ਉਜਰਤ ਦਾ ਵਾਅਦਾ ਵਿਆਪਕ ਤੌਰ ਤੇ ਆਰਥਿਕਤਾ ਵਿੱਚ ਮੌਜੂਦ ਔਸਤ ਉਜਰਤ ਵਾਅਦੇ ਦੇ ਅਨੁਸਾਰ ਹੈ ਸਰਕਾਰ ਦੇ ਅਗਵਾਈ ਵਾਲੀ ਖੋਜ ਦਾ ਹਵਾਲਾ ਦਿੰਦੇ ਹੋਏ ਉਹਨਾਂ ਨੇ ਕਿਹਾ ਕਿ ਕਟੋ ਕਟ ਉਜਰਤ ਵਿੱਚ 7% ਦੇ ਵਾਅਦੇ ਨਾਲ ਕੁੱਲ ਖਰੇਲੂ ਉਤਪਾਦ ਦੇ ਮਜ਼ਦੂਰੀ ਵਾਲੇ ਹਿੱਸੇ ਤੇ 0.1% ਦੀ मामली महंगाई ਦਾ ਪ੍ਰਭਾਵ ਪਏਗਾ ਪ੍ਰਧਾਨ ਮੰਤਰੀ ਨੇ ਅਜਿਹੇ ਪ੍ਰੋਗਰਾਮ ਦੀ ਵੀ ਕੋਸ਼ਿਸ਼ ਨਾ ਕੀਤੀ ਹੈ ਜਿਨ੍ਹਾਂ ਨੂੰ ਰੱਦ ਜਾਂ ਮੁਲਤਵੀ ਕੀਤਾ ਜਾ ਰਿਹਾ ਹੈ ਤਾਂ ਜੋ ਜੀਵਨ ਦੀ ਲਾਗਤ ਤੇ ਸਰਕਾਰ ਧਿਆਨ ਕੇਂਦ੍ਰਿਤ ਕਰ ਸਕੇ ਸ੍ਰੀ ਗੁਰੂ ਰਾਮਦਾਸ ਜੀ ਅੰਤਰਰਾਸ਼ਟਰੀ ਹਵਾਈ ਅੱਡਾ ਅੰਮ੍ਰਿਤਸਰ ਮਹਾਮਾਰੀ ਤੋਂ ਬਾਅਦ ਸਾਲ 2022 ਵਿੱਚ ਆਪਣੇ ਅੰਤਰਰਾਸ਼ਟਰੀ ਤੇ ਘਰੇਲੂ ਉਡਾਣਾਂ ਦਾ ਵਿਸਤਾਰ ਕਰਨ ਵਿੱਚ ਕਾਮਯਾਬ ਰਿਹਾਏ ਇਤੋਂ ਯਾਤਰੀਆਂ ਦੀ ਆਵਾਜਾਈ ਵਿੱਚ ਲਗਾਤਾਰ ਵਾਧਾ ਹੋਇਆ ਹੈ ਇਸ ਸਬੰਧੀ ਫਲਾਈ ਅੰਮ੍ਰਿਤਸਰ ਇਨੀਸ਼ੀਏਟਿਵ ਦੇ ਗਲੋਬਲ ਕਨਵੀਨਰ ਸੁਪ ਸਿੰਘ ਉਮਟਾਲਾ ਨੇ ਦੱਸਿਆ ਕਿ ਇਸ ਸਾਲ 2025 ਦੇ ਦੌਰਾਨ ਯਾਤਰੀਆਂ ਦੀ ਕੁੱਲ ਗਿਣਤੀ ਕੋਵਿਡ ਮਹਾਮਾਰੀ ਤੋਂ ਪਹਿਲਾਂ ਵਾਲੇ ਸਾਲ 2019 ਦੀ 95% ਦੀ ਗਿਣਤੀ ਤੱਕ ਪਹੁੰਚ ਗਈ ਹੈ ਉਨ੍ਹਾਂ ਦੇ ਅਨੁਸਾਰ 에어ਪੋਰਟ ਅਥਾਰਟੀ ਆਫ ਇੰਡੀਆ ਤੋਂ ਉਪਲਬਧ ਅੰਕੜਿਆਂ ਦੇ ਵਿਸ਼ਲੇਸ਼ਣ ਦੱਸਦੇ ਨੇ ਕਿ ਹਵਾਈ ਅੱਡੇ ਨੇ ਸਾਲ 2022 ਵਿੱਚ ਕੁੱਲ 22.4 ਲੱਖ ਯਾਤਰੀਆਂ ਦਾ ਸਵਾਗਤ ਕੀਤਾ ਜਦਕਿ 2019 ਵਿੱਚ ਸਭ ਤੋਂ ਵੱਧ 25.63 ਲੱਖ ਯਾਤਰੀਆਂ ਦੀ ਗਿਣਤੀ ਦਰਜ ਕੀਤੀ ਗਈ। ਸਾਲ 2022 ਦੀ ਗਿਣਤੀ ਸਾਲ 2021 ਦੀ 13.2 ਲੱਖ ਦੇ ਮੁਕਾਬਲੇ 69.48% ਵਾਧੇ ਗਮਟਾਲਾ ਨੇ ਕਿਹਾ ਹੈ ਕਿ ਅੰਕੜਿਆਂ ਦੇ ਅਨੁਸਾਰ ਹਵਾਈ ਅੱਡੇ ਤੋਂ ਸਾਲ 2022 ਵਿੱਚ ਅੰਤਰਰਾਸ਼ਟਰੀ ਯਾਤਰੀਆਂ ਦੀ ਗਿਣਤੀ ਤਕਰੀਬਨ 6.5 ਲੱਖ ਦਰਜ ਕੀਤੀ ਗਈ ਜੋ ਸਾਲ 2021 ਦੀ 3.7 ਲੱਖ ਦੀ ਗਿਣਤੀ ਤੋਂ ਦੁੱਗਣੀ ਨਾਲੋਂ ਵੱਧ ਹੈ। ਕੋਸਪੈਟਿਏ ਇੱਕ ਵਾਰ ਫਿਰ ਅਤਿ ਸੰਵੇਦਨਸ਼ੀਲ ਫੌਜੀ ਅੱਡੇ ਵਿੱਚ ਦਾਖਲ ਹੋ ਗਿਆ ਜਿੱਥੇ ਅਮਰੀਕੀ ਰਾਸ਼ਟਰਪਤੀ ਦਾ ਵਿਸ਼ੇਸ਼ ਜਹਾਜ਼ 에ਅਰ ਫੋਰਸ 1 ਮੌਜੂਦ ਸੀ ਹਾਲਾਂਕਿ ਇਸ ਵਾਰ ਇੱਕ ਨਿਵਾਸੀ ਨੇ ਕੋਸਪੈਟਿਏ ਤੇ ਗੋਲੀਬਾਰੀ ਕੀਤੇ ਜੁਆਇੰਟ ਵੇਸ ਐਂਡ ਆਜ਼ ਨੇ ਦੱਸਿਆ ਕਿ ਘਟਨਾ ਸਵੇਰੇ 11:30 ਵਜੇ ਦੇ ਕਰੀਬ ਵਾਪਰੀ ਜਦੋਂ ਸਥਾਨਕ ਨਿਵਾਸੀ ਨੇ ਗੋਲੀਬਾਰੀ ਕੀਤੀ ਕੁਸਪੈਟਰੀਆਂ ਨੂੰ ਫੜਨ ਦੇ ਲਈ ਸੁਰੱਖਿਆ ਕਰਮਚਾਰੀ ਮੌਕੇ ਤੇ ਪਹੁੰਚੇ ਅਤੇ ਜਾਂਚ ਅਧਿਕਾਰੀ ਮਾਮਲੇ ਦੀ ਜਾਂਚ ਕਰ ਰਹੇ ਨੇ ਇੱਥੇ ਰਾਸ਼ਟਰਪਤੀ ਦੇ ਵਿੜੇ ਦੇ ਕਈ ਨੀਲੇ ਅਤੇ ਚਿੱਟੇ ਜਹਾਜ਼ ਨੇ ਇਹਨਾਂ ਵਿੱਚ 에어ਫੋਰਸ 1 ਮਰੀਨ 1 ਨਾਲ ਤੇ ਡੋਮਸਡੇ 747 에어ਕ੍ਰਾਫਟ ਸ਼ਾਮਲ ਨੇ ਜੋ ਕਿ ਅਰਬਾਨ ਨਿਊਕਲੀਅਰ ਕਮਾਂਡ ਤੇ ਕੰਟਰੋਲ ਸੈਂਟਰਾਂ ਵਜੋਂ ਕੰਮ ਕਰਦੇ ਨੇ ਇਸ ਤੋਂ ਪਹਿਲਾਂ ਫਰਵਰੀ 2021 ਵਿੱਚ ਵੀ ਇੱਕ ਵਿਅਕਤੀ ਸੁਰੱਖਿਆ ਘੇਰੇਛ پار ਕਰਦੇ ਹੋਏ 40 ਜਹਾਜ਼ ਵਿੱਚ ਸਵਾਰ ਹੋਇਆ ਸੀ ਜੋ ਜਹਾਜ਼ ਦਾ ਨਾਮ ਸੀ ਸੀ 40 ਅਮਰੀਕਾ ਦੇ ਰਾਸ਼ਟਰਪਤੀ ਜੋ ਬਾਈਡਨ ਨੇ ਚਾਈਨਾ ਨੂੰ ਸਖਤ ਚੇਤਾਵਨੀ ਦਿੰਦਿਆਂ ਕਿਹਾ ਜੇ ਪਿਛਲੇ ਹਫਤੇ ਵਰਗੀਆਂ ਗਲਤੀਆਂ ਹੋਈਆਂ ਤੇ ਅਮਰੀਕਾ ਹੱਥ ਤੇ ਹੱਥ ਰੱਖ ਕੇ ਨਹੀਂ ਬੈਠੇਗਾ ਅਮਰੀਕੀ ਸੰਸਦ ਦੇ ਦੋਹਾਂ ਸਦਨਾਂ ਦੀ ਸਾਂਝੀ ਬੈਠਕ ਨੂੰ ਸੰਬੋਧਨ ਕਰਦਿਆਂ ਉਹਨਾਂ ਨੇ ਕਿਹਾ ਕਿ ਉਹ ਕਿਸੇ ਵੀ ਮੁਲਕ ਦੇ ਨਾਲ ਮੁਕਾਬਲਾ ਕਰਨ ਦੇ ਲਈ ਤਿਆਰ ਨੇ ਪਰ ਅਮਰੀਕਾ ਦੀ ਖੁਦਮੁਖਤਿਆਰੀ ਵੱਲ ਕੋਈ ਅੱਖ ਚੁੱਕ ਕੇ ਨਹੀਂ ਦੇਖ ਸਕਦਾ ਤੁਰਕੀ ਅਤੇ ਸੀਰੀਆ ਵਿੱਚ ਸੋਮਵਾਰ ਨੂੰ ਆਏ ਭਿਆਨਕ ਭੁਚਾਲ ਵਿੱਚ ਮਰਨ ਵਾਲਿਆਂ ਦੀ ਗਿਣਤੀ ਵੱਧ ਕੇ 15383 ਹੋ ਗਈ ਹੈ ਇੱਥੇ ਕੰਮ ਕਰ ਰਹੀਆਂ ਬਚਾਅ ਟੀਮਾਂ ਅਤੇ ਪ੍ਰਸ਼ਾਸਨ ਨੇ ਇਹ ਜਾਣਕਾਰੀ ਦਿੱਤੀ ਤੁਰਕੀ ਦੀ ਸਮਾਚਾਰ ਏਜੰਸੀ ਅਨਾਦੋਲ ਨੇ ਵੀਰਵਾਰ ਨੂੰ ਡਿਜ਼ਾਸਟਰ ਐਂਡ ਐਮਰਜੈਂਸੀ ਮੈਨੇਜਮੈਂਟ ਅਥਾਰਟੀ ਦਾ ਹਵਾਲਾ ਦਿੰਦੇ ਹੋਏ ਦੱਸਿਆ ਕਿ ਭਿਆਨਕ ਭੁਚਾਲ ਕਾਰਨ ਤੁਰਕੀ ਵਿੱਚ ਮਰਨ ਵਾਲਿਆਂ ਦੀ ਗਿਣਤੀ 12391 ਹੋ ਗਈ ਸੀ ਇਸੇ ਤਰ੍ਹਾਂ ਸੀਰੀਆ ਦੇ ਸਿਹਤ ਮੰਤਰਾਲਾ ਨੇ ਕਿਹਾ ਕਿ ਸੀਰੀਆ ਚ ਕਟੋ-ਕਟ 1262 ਲੋਕ ਮਾਰੇ ਗਏ ਅਤੇ ਸਰਕਾਰ ਦੇ ਕਬਜ਼ੇ ਵਾਲੇ ਇਲਾਕਿਆਂ ਚ 2285 ਲੋਕ ਜ਼ਖਮੀ ਹੋਏ ਨੇ ਮੀਡੀਆ ਰਿਪੋਰਟਾਂ ਨੇ ਬਚਾਅ ਕਰਮਚਾਰੀਆਂ ਦਾ ਹਵਾਲਾ ਦਿੰਦੇ ਹੋਏ ਕਿਹਾ ਹੈ ਕਿ ਸੀਰੀਆ ਵਿੱਚ ਵਿਰੋਧੀ ਧਿਰ ਦੇ ਕਬਜ਼ੇ ਵਾਲੇ ਖੇਤਰ ਚ ਕਟੋ-ਕਟ 1730 ਲੋਕ ਮਾਰੇ ਗਏ ਅਤੇ 2850 ਤੋਂ ਵੱਧ ਜ਼ਖਮੀ ਹੋਏ ਇਸ ਤੋਂ ਬਾਅਦ ਨੂੰ ਸਥਾਨਕ ਸਮੇਂ ਦੇ ਅਨੁਸਾਰ 4:17 ਤੇ ਤੁਰਕੀ ਦੇ ਦੱਖਣੀ ਪ੍ਰਾਂਤ ਦੇ ਵਿੱਚ 7.7 ਤੀਬਰਤਾ ਦਾ ਭੂਚਾਲ ਆਇਆ ਇਸ ਤੋਂ ਕੁਝ ਮਿੰਟ ਬਾਅਦ ਦੇਸ਼ ਦੇ ਦੱਖਣੀ ਸੂਬੇ ਦੇ ਵਿੱਚ 6.4 ਤੀਬਰਤਾ ਦਾ ਭੂਚਾਲ ਆਇਆ ਤੇ ਦੁਪਹਿਰ 1:24 ਤੇ 7.6 ਤੀਬਰਤਾ ਦਾ ਭੂਚਾਲ ਆਇਆ ਸੀ ਇਸ ਦੌਰਾਨ ਬੁੰਦਵਾਰ ਨੂੰ 82 ਮੈਂਬਰੀ ਚੀਨੀ ਬਚਾਅ ਦਲ ਦੇ ਇੱਕ ਚਾਰਟਰਡ 에ਅਰ ਚਾਈਨੈਸ ਜਹਾਜ਼ ਵਿੱਚ 8000 ਕਿਲੋਮੀਟਰ ਤੋਂ ਵੱਧ ਦੀ ਉਡਾਣ ਪਰੰਤ ਬਾਅਦ ਸਤਾਨਕ ਸਮੇਂ ਦਿਨਦਾਰ ਤੜਕੇ 4:30 ਵਜੇ ਤੁਰਕੀ ਦੇ ਅਡਾਨੀ ਹਵਾਈ ਅੱਡੇ ਤੇ ਪਹੁੰਚਿਆ ਆਏ ਦਿਨ ਵਿਦੇਸ਼ ਵਿੱਚ ਪੰਜਾਬੀ ਨੌਜਵਾਨ ਕਿਸੇ ਨਾ ਕਿਸੇ ਕਾਰਨ ਮੌਤ ਦਾ ਸ਼ਿਕਾਰ ਹੋ ਰਹੇ ਨੇ ਇੱਕ ਹੋਰ ਨਵਾਂ ਮਾਮਲਾ ਕੈਨੇਡਾ ਤੋਂ ਸਾਹਮਣੇ ਆਇਆ ਭਾਰਤ ਤੋਂ ਕੈਨੇਡਾ ਚੰਗੇ ਭਵਿੱਖ ਲਈ ਇੱਕ ਮਹੀਨਾ ਪਹਿਲਾਂ ਪੜ੍ਹਾਈ ਕਰਨ ਗਈ ਨੌਜਵਾਨ ਲੜਕੀ ਦੇ ਵੱਲੋਂ ਖੁਦਕੁਸ਼ੀ ਕਰਨ ਦੀ ਬੇਹਦੀ ਮੰਦ ਭਾਗੀ ਖਬਰ ਸਾਹਮਣੇ ਆਈ ਹੈ ਜਾਣਕਾਰੀ ਦੇ ਅਨੁਸਾਰ ਖੁਸ਼ਨੀਤ ਕੌਰ ਕੇਵਲ ਮਹੀਨਾ ਪਹਿਲਾਂ ਕੈਨੇਡਾ ਗਈ ਸੀ ਪਰ ਕੈਨੇਡਾ ਆ ਕੇ ਡਿਪਰੈਸ਼ਨ ਦਾ ਸ਼িকার ਹੋ ਗਈ ਹਾਲਾਤਾਂ ਨਾਲ ਲੜਨ ਜਾਂ ਕਿਸੇ ਨਾਲ ਦਿਲ ਦੀ ਗੱਲ ਕਹਿਣ ਦੇ ਬਜਾਏ ਖੁਸ਼ਨੀਤ ਤੇ ਬਹੁਤ ਨੂੰ ਗਲੇ ਲਗਾ ਲਿਆ ਖੁਸ਼ਨੀਤ कौर ਭਾਰਤ ਦੇ ਉੱਤਰ ਪ੍ਰਦੇਸ਼ ਦੇ ਨਾਲ ਸੰਬੰਧਿਤ ਸੀ ਤੇ ਕੈਨੇਡਾ 'ਚ ਪੰਜਾਬੀਆਂ ਦੇ ਗੜ ਬ੍ਰੈਂਪਟਨ 'ਚ ਰਹਿ ਰਹੀ ਸੀ ਦੱਸਣਯੋਗ ਹੈ ਕਿ ਹਰ ਹਫਤੇ ਕੈਨੇਡਾ 'ਚ ਵੱਡੀ ਗਿਣਤੀ 'ਚ ਨੌਜਵਾਨ ਵੱਖ-ਵੱਖ ਕਾਰਨਾ ਕਰਕੇ ਆਪਣੀ ਜ਼ਿੰਦਗੀ ਤੋਂ ਹੱਥ ਧੋ ਰਹੇ ਨੇ ਕੈਨੇਡਾ 'ਚ ਜਿੱਥੇ ਨੌਜਵਾਨ ਚੰਗੇ ਭਵਿੱਖ ਦੇ ਲਈ ਜਾ ਰਹੇ ਨੇ ਤੇ ਵੱਡੀ ਗਿਣਤੀ 'ਚ ਨੌਜਵਾਨਾਂ ਨੇ ਆਪਣੇ ਆਪ ਨੂੰ ਕੈਨੇਡਾ 'ਚ ਸਥਾਪਿਤ ਵੀ ਕੀਤਾ ਹੈ ਪਰ ਸੱਚ ਇਹ ਵੀ ਹੈ ਕਿ ਵਧ ਰਹੀ ਮਹਿੰਗਾਈ ਮਹਿੰਗੇ ਕਿਰਾਏ ਨਸ਼ਿਆਂ ਦੀ ਆਸਾਨੀ ਨਾਲ ਉਪਲਬਧਤਾ ਅਤੇ ਡਿਪਰੈਸ਼ਨ ਕਾਰਨ ਵੱਡੇ ਪੱਧਰ ਤੇ ਨੌਜਵਾਨ ਮੌਤ ਦੇ ਨਾਲ ਲੜ ਰਹੇ ਨੇ ਔਰ ਕਈਆਂ ਨੂੰ ਮੌਤ ਘੇਲੇ ਲਗਾ ਰਹੀ ਹੈ। ਬੁੱਧਵਾਰ ਨੂੰ ਅਮਰੀਕੀ ਵਿਦੇਸ਼ ਵਿਭਾਗ ਦੇ ਵਿੱਚ ਸਹਾਇਕ ਸਕੱਤਰ ਖੈਰਨ ਨੇ ਕਿਹਾ ਕਿ ਅਮਰੀਕਾ ਰੂਸ ਤੋਂ ਤੇਲ ਦੀ ਖਰੀਦ ਤੇ ਭਾਰਤ ਨੂੰ ਮਨਜ਼ੂਰੀ ਦੇ ਰਿਹਾ ਹੈ। ਉਹਨਾਂ ਨੇ ਕਿਹਾ ਕਿ ਅਮਰੀਕਾ ਦਾ ਭਾਰਤ ਤੇ ਪਾਬੰਦੀ ਲਗਾਉਣ ਦਾ ਕੋਈ ਵਿਚਾਰ ਨਹੀਂ ਹੈ ਕਿਉਂਕਿ ਦੋਵਾਂ ਦੇਸ਼ਾਂ ਦੇ ਸਬੰਧ ਬਹੁਤ ਮਹੱਤਵਪੂਰਨ ਨੇ ਅਤੇ ਮਜ਼ਬੂਤ ਨੇ ਊਰਜਾ ਸੰਸਾਧਨ ਬਾਰੇ ਅਮਰੀਕਾ ਦੇ ਸਹਾਇਕ ਵਿਦੇਸ਼ ਮੰਤਰੀ ਜ਼ੈਫਰੀ ਨੇ ਕਿਹਾ ਕਿ ਅਮਰੀਕਾ ਰੂਸੀ ਤੇਲ ਖਰੀਦ ਤੇ ਭਾਰਤ ਦੀ ਸਥਿਤੀ ਤੋਂ ਸਹਿਜ ਹੈ ਪਰ ਇਸ ਮੁੱਦੇ ਤੇ ਸਾਡੇ ਨਾਲ ਹੋਈ ਗੱਲਬਾਤ ਦੀ ਵੀ ਕਦਰ ਕਰਦਾ ਹੈ ਦਸੰਬਰ ਵਿੱਚ ਯੂਐਸ ਨੈਸ਼ਨਲ ਸਿਕਿਉਰਿਟੀ ਕੌਂਸਲ ਦੇ ਇੱਕ ਬੁਲਾਰੇ ਜੌਨ ਨੇ ਕਿਹਾ ਰੂਸ ਤੇਲ ਤੇ ਛੋਟ ਨੂੰ ਖਤਮ ਕਰ ਦਏਗਾ ਅਤੇ ਚਾਈਨਾ ਵਿੱਚ ਭਾਰਤ ਵਰਗੇ ਦੇਸ਼ਾਂ ਨੂੰ ਕੀਮਤਾਂ 'ਚ ਭਾਰੀ ਕਟੌਤੀ ਲਈ ਸੌਦੇਬਾਜ਼ੀ ਕਰਨਾ ਆਸਾਨ ਹੋ ਜਾਏਗਾ। ਕੀਮਤ ਫਿਕਸਿੰਗ ਨੂੰ ਰੂਸ ਦੇ ਮਾਲੀਏ ਨੂੰ ਘਟਾਉਣ ਦੇ ਲਈ ਸੋਚਿਆ ਗਿਆ ਸੀ ਜੋ ਕਿ ਯੂਕਰੇਨ ਵਿੱਚ ਜੰਗ ਨੂੰ ਵਧਾ ਰਿਹਾ ਹੈ। ਪਿਛਲੇ ਕੁਝ ਮਹੀਨਿਆਂ ਤੋਂ ਭਾਰਤ ਬਹੁਤ ਸਸਤਾ ਰੂਸੀ ਤੇਲ ਖਰੀਦ ਰਿਹਾ ਸੀ ਅਤੇ ਇਸ ਨੂੰ ਯੂਰਪ ਅਤੇ ਅਮਰੀਕਾ ਲਈ ਭਾਲਣ ਵਿੱਚ ਬਦਲ ਰਿਹਾ ਹੈ। ਭਾਰਤ ਵਿੱਚ ਸੌਦੇ ਹੋਏ ਭਾਲਣ ਨੂੰ ਰੂਸੀ ਮੂਲ ਦਾ ਨਹੀਂ ਮੰਨਿਆ ਜਾਂਦਾ ਹੈ। ਡਾਟਾ ਇੰਟੈਲੀਜੈਂਸ ਫਰਮ ਕੇਪਲਰ ਦੀ ਰਿਪੋਰਟ ਦੇ ਅਨੁਸਾਰ ਭਾਰਤ ਨੇ ਪਿਛਲੇ ਮਹੀਨੇ ਨਿਊਯਾਰਕ ਨੂੰ ਪ੍ਰਤੀ ਦਿਨ ਲਗਭਗ 99 ਬਾਰਲ ਪੈਟਰੋਲ ਅਤੇ ਡੀਜ਼ਲ ਦਾ ਨਿਰਯਾਤ ਕੀਤਾ ਜੋ ਲਗਭਗ 4 ਸਾਲ ਪਹਿਲਾਂ ਸਭ ਤੋਂ ਵੱਧ ਦੇ ਇਸ ਵਿੱਚ ਕਿਹਾ ਗਿਆ ਹੈ ਕਿ ਯੂਰਪ ਵਿੱਚ ਰੋਜ਼ਾਨਾ ਘੱਟ ਗੰਧਕ ਵਾਲੇ ਡੀਜ਼ਲ ਦਾ ਵਹਾਅ ਜਨਵਰੀ ਦੇ ਵਿੱਚ 172000 ਬੈਲਰਨ ਰਿਹਾ ਜੋ ਅਕਤੂਬਰ 2021 ਤੋਂ ਬਾਅਦ ਸਭ ਤੋਂ ਵੱਧ ਇੱਕ ਗ੍ਰਹਿ ਧਰਤੀ ਵੱਲ ਤੇਜ਼ੀ ਨਾਲ ਵੱਧ ਰਿਹਾ ਅਮਰੀਕਾ ਦੀ ਪੁਲਾੜ ਏਜੰਸੀ NASA ਨੇ ਇਸ ਚੈਸਟਰਾਇਡ ਨੂੰ ਚੇਤਾਵਨੀ ਦਿੱਤੀ ਹੈ ਕਿਉਂਕਿ ਇਸ ਗ੍ਰਹਿ ਦਾ ਆਕਾਰ ਬਹੁਤ ਵੱਡਾ ਹੈ ਜੇਕਰ ਇਹ ਧਰਤੀ ਨਾਲ ਟਕਰਾਉਂਦਾ ਹੈ ਤਾਂ ਇਹ ਤਬਾਹੀ ਮਚਾ ਸਕਦਾ ਹੈ NASA ਦੇ ਵਿਗਿਆਨੀ ਇਸਤੇ ਨਗਾਤਾਰ ਇਸਤੇ ਨਜ਼ਰ ਰੱਖ ਰਹੇ ਨੇ ਔਰ ਇਹ ਗ੍ਰਹਿ ਕਿੰਨਾ ਵੱਡਾ ਹੈ ਕਿੰਨੀ ਤੇਜ਼ੀ ਨਾਲ ਅੱਗੇ ਵੱਧ ਰਿਹਾ ਹੈ ਇਸ ਦੇ ਟਕਰਾਉਣ ਦੀ ਸੰਭਾਵਨਾ ਹੈ ਜਾਂ ਨਹੀਂ ਇਸ ਦੇ ਵਿਗਿਆਨੀ ਇੱਕ ਵਿਸ਼ਾਲ ਤਾਰਾ ਗ੍ਰਹਿ ਤੇ ਨਜ਼ਰ ਰੱਖ ਰਹੇ ਨੇ ਹਾਲਾਂਕਿ ਨਾਸਾ ਨੇ ਗ੍ਰਹਿ ਤੋਂ ਧਰਤੀ ਲਈ ਸੰਭਾਵਿਤ ਤੌਰ ਤੇ ਵਿਨਾਸ਼ਕਾਰੀ ਖਤਰੇ ਤੋਂ ਇਨਕਾਰ ਨਹੀਂ ਕੀਤਾ ਇਥੇ ਇਸ ਦਾ ਆਕਾਰ ਵੱਡਾ ਹੋਣ ਦੇ ਨਾਲ ਨਾਲ ਇਸ ਦੀ ਸਪੀਡ ਵੀ ਬਹੁਤ ਤੇਜ਼ ਹੈ ਧਰਤੀ ਨੂੰ ਹੋਣ ਵਾਲੇ ਸੰਭਾਵਿਤ ਖਤਰਿਆਂ ਤੇ ਨਜ਼ਰ ਰੱਖਣ ਦੇ ਲਈ ਨਾਸਾ ਨੇ ਪਲੈਨੇਟਰੀ ਡਿਫੈਂਸ ਬਣਾਉਣ ਦੇ ਲਈ ਕਿ ਖੇਤਰਾਂ ਵਿੱਚ ਮਾਹਿਰਾਂ ਦੀ ਇੱਕ ਟੀਮ ਨੂੰ ਇਕੱਠਾ ਕੀਤਾ ਸੈਂਟਰ ਫਾਰ ਨੀਅਰ ਅਰਥ ਆਬਜੈਕਟ ਸਟੱਡੀਜ਼ ਜੈਟ ਪ੍ਰੋਪਲਸ਼ਨ ਲੈਬਾਰਟਰੀ ਅਤੇ ਸਮਾਲ ਬਾਡੀ ਡਾਟਾਬੇਸ ਸਾਰੇ ਇਸ ਸ਼੍ਰੇਣੀ ਵਿੱਚ ਨੇ 15408 ਕਿਲੋਮੀਟਰ ਪ੍ਰਤੀ ਘੰਟਾ ਦੀ ਰਫ਼ਤਾਰ ਦੇ ਨਾਲ ਧਰਤੀ ਦੇ ਨੇੜੇ ਤੋਂ ਗੁਜ਼ਰੇਗਾ। ਪਲਾਨ ਵਿਗਿਆਨੀਆਂ ਦੇ ਮੁਤਾਬਕ ਧਰਤੀ ਵੱਲ ਤੇਜ਼ੀ ਨਾਲ ਵਧ ਰਹੇ ਇਸ ਗ੍ਰਹਿ ਦੀ ਉਚਾਈ ਲਗਭਗ 65 ਫੁੱਟ ਹੈ ਅਤੇ ਇਹ ਧਰਤੀ ਦੇ 4 ਲੱਖ ਕਿਲੋਮੀਟਰ ਦੇ ਅੰਦਰੋਂ ਲੰਗੇਗਾ। ਇਹ ਇੱਕ ਲੰਬਾ ਰਸਤਾ ਹੈ। ਇਹ ਗ੍ਰਹਿ 15408 ਕਿਲੋਮੀਟਰ ਪ੍ਰਤੀ ਘੰਟੇ ਦੀ ਰਫ਼ਤਾਰ ਨਾਲ ਲੰਗੇਗਾ ਅਤੇ ਜੇ ਕੁਝ ਵੀ ਅਚਾਨਕ ਵਾਪਰਦਾ ਹੈ ਤਾਂ ਧਰਤੀ ਉੱਤੇ ਇੱਕ ਤਰਵਨਾਸ਼ ਹੋਏਗਾ। BDCO ਨੇ ਇੱਕ ਪਲੈਨਟਰੀ ਡਿਫੈਂਸ ਕੋਆਰਡੀਨੇਸ਼ਨ ਆਫਿਸ ਦੀ ਸਥਾਪਨਾ ਵਾਸ਼ਿੰਗਟਨ ਚ ਨਾਸਾ ਹੈੱਡਕੁਆਰਟਰ ਵਿਖੇ ਕੀਤੀ ਹੈ ਅਤੇ ਇਸ ਦਾ ਪ੍ਰਬੰਧਨ ਪਲੈਨੇਟਰੀ ਸਾਇੰਸ ਡਿਵੀਜ਼ਨ ਦੁਆਰਾ ਕੀਤਾ ਜਾਏਗਾ ਪੀਡੀਸੀਓ ਸੰਭਾਵੀ ਖਤਰਨਾਕ ਵਸਤੂਆਂ ਦੀ ਸਮੇਂ ਸਿਰ ਖੋਜ ਲਈ ਜ਼ਿੰਮੇਵਾਰ ਹੈ ਪੀਐਚਓਐਸ ਇੱਕ ਐਸਟਰੋਇਡ ਅਤੇ ਧੁੰਮਕੀਤੂ ਸ਼ਾਮਲ ਹੁੰਦੇ ਨੇ ਜਿਨ੍ਹਾਂ ਦੇ ਚੱਕਰ ਦੇ ਵਿੱਚ ਉਹਨਾਂ ਨੂੰ 3.05 ਖਕੋਲ ਵਿਗਿਆਨਕ ਇਕਾਈਆਂ ਦੇ ਅੰਦਰ ਲਿਆਉਣ ਦੀ ਭਵਿੱਖਬਾਣੀ ਕੀਤੀ ਜਾਂਦੀ ਹੈ ਅਮਰੀਕਾ ਦੇ ਅਲਬਾਮਾ ਸੂਬੇ ਦੇ ਵਿੱਚ ਭਾਰਤੀ ਵਿਦਿਆਰਥੀਆਂ ਦੀ ਹੱਤਿਆ ਦੇ ਮਾਮਲੇ 'ਚ ਪੁਲਿਸ ਨੇ ਉਸਦੇ ਸਾਥੀ ਨੂੰ ਗ੍ਰਿਫਤਾਰ ਕਰ ਲਿਆ। ਪੁਲਿਸ ਵੱਲੋਂ 23 ਸਾਲ ਦੇ ਰਵੀ ਤੇਜਾ ਵਿਰੁੱਧ ਹੱਤਿਆ ਦਾ ਦੋਸ਼ ਆਇਦ ਕਰਦਿਆਂ ਜ਼ਮਾਨਤ ਤੇ ਰਿਹਾਈ ਵਾਸਤੇ 30000 ਡਾਲਰ ਦੀ ਸ਼ਰਤ ਰੱਖ ਦਿੱਤੀ ਹੈ। ਪੁਲਿਸ ਅਧਿਕਾਰੀਆਂ ਦੇ ਮਤਾਬਕ ਐਤਵਾਰ ਰਾਤ ਤਕਰੀਬਨ 9:30 ਵਜੇ ਪੌਇੰਟ ਕਾਮਰੀ ਸ਼ਹਿਰ ਦੇ ਈਸਟਰਨ ਬੁਲੇਵਾਰਡ ਵਿਚਲੇ 3200 ਬਲਾਕ ਵਿੱਚ ਗੋਲੀਆਂ ਚੱਲਣ ਦੀ ਇਤਲਾ ਮਿਲੀ ਸੀ। ਅਮਰੀਕਾ ਦੇ ਰਾਸ਼ਟਰਪਤੀ ਜੋ ਬਾਈਡਨ ਦੀ ਪਤਨੀ ਤੇ ਪਹਿਲੀ ਮਹਿਲਾ ਜਲ ਵਾਈਡਨ ਕਾਫੀ ਚਰਚਾ ਚ ਨੇ ਉਹਨਾਂ ਦੇ ਉਪ ਪ੍ਰਧਾਨ ਕਮਲਾ ਹੈਰਿਸ ਦੇ ਪਤੀ ਡਗ ਐਮ ਹੌਫ ਨੂੰ ਜਨਤਕ ਤੌਰ ਤੇ ਚੁੰਮਿਆ ਜਿਸ ਤੋਂ ਬਾਅਦ ਉਹ ਸੁਰਖੀਆਂ ਚ ਆ ਗਏ ਰਾਸ਼ਟਰਪਤੀ ਜੋ ਬਾਈਡਨ ਨੇ ਮੰਗਲਵਾਰ ਰਾਤ ਨੂੰ ਕੈਪੀਟਲ ਹਿੱਲ ਵਿਖੇ ਆਪਣੇ ਸਟੇਟ ਆਫ ਦਾ ਯੂਨੀਅਨ ਨੂੰ ਸੰਬੋਧਨ ਕੀਤਾ ਇਸ ਪ੍ਰੋਗਰਾਮ ਦੇ ਦੌਰਾਨ ਜਲ ਨੇ ਕਮਲਾ ਹੈਰਿਸ ਦੇ ਪਤੀ ਡਗ ਐਮ ਹੌਫ ਨੂੰ ਕਿਸ ਕੀਤਾ ਜਲ ਵਾਈਡਨ ਦੇ ਕਿਸ ਤੋਂ ਬਾਅਦ ਇਹ ਵੀਡੀਓ ਸੋਸ਼ਲ ਮੀਡੀਆ ਤੇ ਵਾਇਰਲ ਹੋ ਗਿਆ ਇਸ ਮਾਮਲੇ ਨੂੰ ਲੈ ਕੇ ਕਈ ਸੋਸ਼ਲ ਮੀਡੀਆ ਯੂਜ਼ਰਸ ਵੱਖ-ਵੱਖ ਟਿੱਪਣੀਆਂ ਕਰ ਰਹੇ ਨੇ ਅਮਰੀਕੀ ਪ੍ਰਤਨਿਧਿਤ ਸਭਾ ਵਿੱਚ ਰਿਪਬਲਿਕਨਾਂ ਨੂੰ ਬਹੁਮਤ ਮਿਲਣ ਤੋਂ ਬਾਅਦ ਵੰਡੀ ਹੋਈ ਸੰਸਦ ਨੂੰ ਰਾਸ਼ਟਰਪਤੀ ਜੋ ਵਾਈਡਨ ਦੇ ਸੰਬੋਧਨ ਦਾ ਇਹ ਪਹਿਲਾ ਮੌਕਾ ਸੀ ਜਿਸ ਵਿੱਚ ਉਹਨਾਂ ਨੇ ਰਿਪਬਲਿਕਨਾਂ ਤੋਂ ਸਹਿਯੋਗ ਦੀ ਮੰਗ ਕੀਤੀ ਵਾਈਡਨ ਨੇ ਸਟੇਟ ਆਫ ਦਾ ਯੂਨੀਅਨ ਸੰਬੋਧਨ ਦੇ ਵਿੱਚ ਕਿਹਾ ਕਿ ਅਮਰੀਕਾ ਦੀ ਅਰਥਵਿਵਸਥਾ ਕਿਸੇ ਵੀ ਹੋਰ ਦੇਸ਼ ਦੇ ਨਾਲ ਬਿਹਤਰ ਸਥਿਤੀ ਵਿੱਚ ਹੈ ਉਨ੍ਹਾਂ ਨੇ ਕਿਹਾ ਕਿ ਕੋਰੋਨਾ ਅਤੇ ਬਲਾਦੀਮੀਰ ਪੁੱਤਿੰ ਦੇ ਯੂਕਰੇਨ ਤੇ ਹਮਲੇ ਦੇ ਬਾਵਜੂਦ ਸਾਡੀ ਅਰਥਵਿਵਸਥਾ ਚੰਗੀ ਹਾਲਤ 'ਚ ਹੈ। ਚਾਈਨਾ ਨੇ ਭਾਰਤ ਅਤੇ ਜਾਪਾਨ ਸਮੇਤ ਕਈ ਦੇਸ਼ਾਂ ਨੂੰ ਨਿਸ਼ਾਨਾ ਬਣਾ ਕੇ ਜਸੂਸੀ ਗੁਬਾਰਿਆਂ ਦਾ ਬੇੜਾ ਚਲਾਇਆ ਹੈ। ਇੱਕ ਮੀਡੀਆ ਰਿਪੋਰਟ ਵਿੱਚ ਦਾਵਾ ਕੀਤਾ ਗਿਆ ਇਹ ਰਿਪੋਰਟ ਅਜੇ ਹੀ ਸਮੇਂ ਆਈ ਹੈ ਜਦੋਂ ਕੁਝ ਦਿਨ ਪਹਿਲਾਂ ਅਮਰੀਕੀ ਫੌਜ ਨੇ ਸੰਵੇਦਨਸ਼ੀਲ ਅਮਰੀਕਾ ਦੇ ਆਧਾਰਿਆਂ ਤੇ ਘੁੰਮ ਰਹੇ ਇੱਕ ਚੀਨੀ ਜਸੂਸੀ ਗੁਬਾਰੇ ਨੂੰ ਨਸ਼ਟ ਕਰ ਦਿੱਤਾ ਸੀ। ਅਮਰੀਕੀ ਅਧਿਕਾਰੀਆਂ ਨੇ ਚੀਨੀ ਗੁਬਾਰੇ ਦੀ ਜਾਣਕਾਰੀ ਭਾਰਤ ਸਮੇਤ ਆਪਣੇ ਦੋਸਤਾਂ ਅਤੇ ਸਹਿਯੋਗੀਆਂ ਨੂੰ ਦਿੱਤੀਏ ਦੱਖਣੀ ਕੈਰੋਲੀਨਾ ਦੇ ਤੱਟ ਤੇ ਐਟਲੈਂਟਿਕ ਮਹਾਸਾਗਰ ਦੇ ਉੱਪਰ ਸ਼ਨੀਵਾਰ ਨੂੰ ਇੱਕ ਲੜਾਕੂ ਜਹਾਜ਼ ਦੁਹਾਰਾ ਗੁਬਾਰੇ ਨੂੰ ਨਸ਼ਟ ਕੀਤਾ ਗਿਆ ਅਮਰੀਕੀ ਉਪ ਵਿਦੇਸ਼ ਮੰਤਰੀ ਵੈਂਡੀ ਸ਼ਮਨ ਨੇ ਸੋਮਵਾਰ ਨੂੰ ਕਰੀਬ 40 ਦੂਤਕਰਾਂ ਦੇ ਅਧਿਕਾਰੀਆਂ ਨੂੰ ਇਸ ਦੀ ਜਾਣਕਾਰੀ ਦਿੱਤੀ ਸੀ ਵਾਸ਼ਿੰਗਟਨ ਪੋਸਟ ਨੇ ਮੰਗਲਵਾਰ ਨੂੰ ਕਿਹਾ ਕਿ ਬੈਲੂਨ ਜ਼ਰੀਏ ਨਿਗਰਾਨੀ ਦੇ ਯਤਨਾਂ ਤਹਿਤ ਜਾਪਾਨ ਭਾਰਤ, ਵਿਏਟਨਾਮ, ਤਾਈਬਾਨ ਅਤੇ ਫਿਲੀਪੀਨਸ ਸਮੇਤ ਕਈ ਦੇਸ਼ਾਂ ਵਿੱਚ ਫੌਜੀ ਸੰਪਤੀਆਂ ਤੇ ਚੀਨ ਦੇ ਉੱਭਰ ਰਹੇ ਰਣਨੀਤਿਕ ਖੇਤਾਂ ਦੇ ਖੇਤਰ 'ਚ ਜਾਣਕਾਰੀ ਇਕੱਠੀ ਕੀਤੀ ਗਈ ਹੈ। ਇਹ ਰਿਪੋਰਟ ਕਈ ਬੇਨਾਮ ਰੱਖਿਆ ਤੇ ਖੁਫੀਆ ਅਧਿਕਾਰੀਆਂ ਨਾਲ ਕੀਤੀ ਇੰਟਰਵਿਊ ਤੇ ਆਧਾਰਿਤ ਹੈ। ਰਿਪੋਰਟ ਦੇ ਅਨੁਸਾਰ ਅਧਿਕਾਰੀਆਂ ਨੇ ਕਿਹਾ ਕਿ ਚੀਨ ਦੀ ਪੀਐਲਏ 에ਅਰ ਫੋਰਸ ਦੁਆਰਾ ਸੰਚਾਲਿਤ ਇਹਨਾਂ ਨਿਗਰਾਨੀ ਗੁਬਾਰਿਆਂ ਨੂੰ ਪੰਜ ਮਹਾਦੀਪਾਂ ਵਿੱਚ ਦੇਖਿਆ ਗਿਆ। ਇੱਕ ਸੀਨੀਅਰ ਰੱਖਿਆ ਅਧਿਕਾਰੀ ਦੇ ਹਵਾਲੇ ਨਾਲ ਕਿਹਾ ਗਿਆ ਹੈ ਕਿ ਇਹ ਗੁਬਾਰੇ ਪੀਆਰ ਸੀ ਦੇ ਗੁਬਾਰਿਆਂ ਦੇ ਬੇੜੇ ਦਾ ਹਿੱਸਾ ਨੇ ਜਿਨ੍ਹਾਂ ਨੂੰ ਨਿਗਰਾਨੀ ਆਪਰੇਸ਼ਨ ਕਰਨ ਲਈ ਵਿਕਸਿਤ ਕੀਤਾ ਗਿਆ ਹੈ ਅਤੇ ਇਹਨਾਂ ਨੇ ਦੂਜੇ ਦੇਸ਼ਾਂ ਦੀ ਪ੍ਰਭੂਸੱਤਾ ਦੀ ਉਲੰਘਣਾ ਕੀਤੀ ਹੈ। ਰੋਜ਼ਾਨਾ ਅਖਬਾਰ ਦੇ ਮੁਤਾਬਕ ਖਾਲੀ ਦੇ ਸਾਲਾਂ ਦੇ ਵਿੱਚ ਹਵਾਈ, ਫਲੋਰੀਡਾ, ਟੈਕਸਾਸ ਅਤੇ ਗੁਆਮ ਵਿੱਚ ਘੱਟੋ-ਘੱਟ 4 ਗੁਬਾਰੇ ਦੇਖੇ ਗਏ ਨੇ ਅਤੇ ਨਾਲ ਹੀ ਇੱਕ ਗੁਬਾਰਾ ਪਿਛਲੇ ਹਫਤੇ ਦੇਖਿਆ ਗਿਆ। ਇਹਨਾਂ ਚਾਰਾਂ ਵਿੱਚੋਂ ਤਿੰਨ ਘਟਨਾਵਾਂ ਸਾਬਕਾ ਰਾਸ਼ਟਰਪਤੀ ਡੋਨਾਲਡ ਟਰੰਪ ਦੇ ਪ੍ਰਸ਼ਾਸਨ ਦੌਰਾਨ ਵਾਪਰੀਆਂ ਸੀ। ਔਰ ਇਹਨਾਂ ਦੀ ਪਛਾਣ ਚੀਨੀ ਨਿਗਰਾਨੀ ਵਾਹਨ ਵਜੋਂ ਹਾਲੇ ਵਿੱਚ ਹੋਈ ਪੈਂਟਾਗਨ ਨੇ ਮੰਗਲਵਾਰ ਨੂੰ ਗੁਆਰਿਆਂ ਦੀਆਂ ਤਸਵੀਰਾਂ ਜਾਰੀ ਵੀ ਕਰ ਦਿੱਤੀਆਂ ਸੀ ਅਮਰੀਕਾ ਦੇ ਵਾਈਟ ਹਾਊਸ ਵਿੱਚ ਸਾਲ 2022 ਵਿੱਚ ਪਹਿਲੀ ਵਾਰ ਦੀਵਾਲੀ ਮਨਾਈ ਗਈ ਸੀ ਪਰ ਆਤੀਸ਼ਵਾਦੀ ਦੀ ਆਗਿਆ ਨਹੀਂ ਸੀ ਹੁਣ ਅਮਰੀਕਾ ਦੀ ਉੱਧਾ ਸੈਨੇਟ ਤੇ ਸੰਸਦ ਮੈਂਬਰਾਂ ਨੇ ਦੀਵਾਲੀ ਤੇ ਪਟਾਕੇ ਚਲਾਉਣ ਦੀ ਆਗਿਆ ਦੇਣ ਵਾਲਾ ਬਿੱਲ ਸਰਬਸੰਮਤੀ ਦੇ ਨਾਲ ਪਾਸ ਕਰ ਦਿੱਤਾ ਹੈ। ਇਹ ਬਿੱਲ ਦੱਖਣੀ ਜਾਰਡਨ ਤੋਂ ਸੈਨੇਟਰ ਲਿੰਕਨ ਫਲਮੋਰ ਦੁਆਰਾ ਪੇਸ਼ ਕੀਤਾ ਗਿਆ ਸੀ। ABC4 ਨੇ ਇਹ ਜਾਣਕਾਰੀ ਦਿੱਤੀ ਇਹ ਬਿੱਲ ਵਿੱਚ ਦੀਵਾਲੀ ਦੌਰਾਨ 5 ਦਿਨਾਂ ਤੱਕ ਪਟਾਕੇ ਚਲਾਉਣ ਦੀ ਆਗਿਆ ਦਿੱਤੀ ਗਈ ਹੈ। ਫਲਮੋਰ ਨੇ ਕਿਹਾ ਕਿ ਹੈਰੀ ਮਾਨ ਵਿੱਚ ਉਸਤੇ ਇੱਕ ਹਲਕੇ ਨੇ ਉਸ ਨਾਲ ਸੰਪਰਕ ਕੀਤਾ ਉਸ ਨੂੰ ਬਿਲਵਾਰੇ ਆਪਣਾ ਵਿਚਾਰ ਦਿੱਤਾ ਜਿਸ ਨੂੰ ਪ੍ਰਤੰਦਨ ਸਭਾ ਵਿੱਚ ਜਾਣ ਤੋਂ ਪਹਿਲਾਂ ਸਰਫ ਇੱਕ ਹੋਰ ਰਿਪੋਰਟ ਦੀ ਲੋੜ ਹੈ ਸੈਨੀਟਰ ਫਲਮੋਰਨਿਕ ਹੈ ਕਿ ਮੈਂ ਉਟਾਤੇ ਪਾਈ ਤੇ ਪਾਈ ਚਾਰੀ ਦੀ ਸ਼ਲਾਘਾ ਕਰਦਾ ਹਾਂ ਗਵਾਂਡੀ ਪਾਈ ਚਾਰਿਆਂ ਨੂੰ ਸ਼ਾਮਲ ਕਰਨ ਲਈ ਸਮਾਗਮਾਂ ਦਾ ਆਯੋਜਨ ਕਰਨ ਦੇ ਉਹਨਾਂ ਦੇ ਸਹਿਯੋਗੀ ਯਤਨਾਂ ਦੇ ਨਾਲ-ਨਾਲ Hindu ਧਰਮ, Jain ਧਰਮ ਅਤੇ Sikh ਧਰਮ ਬਾਰੇ ਸਿੱਖਿਆ ਨੂੰ ਵਧਾਉਣ ਦੇ ਉਹਨਾਂ ਦੇ ਯਤਨਾਂ ਨੇ ਸਾਡੇ ਰਾਜ ਵਿੱਚ ਇੱਕ ਬਿਹਤਰ ਸਮਾਜ ਪੈਦਾ ਕਰਨ 'ਚ ਮਦਦ ਕੀਤੀ ਹੈ ਦੀਵਾਲੀ ਪਹਿਲੀ ਵਾਰ 2022 ਵਿੱਚ ਵਾਈਟ ਹਾਊਸ 'ਚ ਮਨਾਇ ਗਈ ਸੀ ਅਤੇ 2007 ਵਿੱਚ ਅਮਰੀਕੀ ਸਰਕਾਰ ਨੇ ਇਸ ਤਿਹਾਰ ਨੂੰ ਅਧਿਕਾਰਤ ਮਾਨਤਾ ਦਿੱਤੀ ਸੀ 2021 ਵਿੱਚ ਤਿਉਹਾਰ ਨੂੰ ਤੰਗੀ ਛੁੱਟੀ ਕੋਸ਼ਿਤ ਕਰਨ ਲਈ ਅਮਰੀਕਾ ਦੇ ਵਿੱਚ ਦਿਵਾਲੀ ਦਿਵਸ ਐਕਟ ਪੇਸ਼ ਕੀਤਾ ਗਿਆ ਸੀ ਮਸ਼ਹੂਰ ਸੋਸ਼ਲ ਮੀਡੀਆ ਹੈਂਡਲ ਟਵਿੱਟਰ ਨੇ ਭਾਰਤ ਵਿੱਚ ਟਵਿੱਟਰ ਬਲੂ ਲਾਂਚ ਕੀਤਾ ਹੈ ਔਰ ਟਵਿੱਟਰ ਬਲੂ ਇੱਕ ਪੇਡ ਸਰਵਿਸ ਹੋਏਗੀ ਜਿਸ ਦੇ ਲਈ ਯੂਜ਼ਰਸ ਤੋਂ ਚਾਰਜਸ ਲਿਆ ਜਾਏਗਾ ਮੋਬਾਈਲ ਤੇ ਟਵਿੱਟਰ ਦੀ ਵਰਤੋਂ ਕਰਨ ਵਾਲੇ ਭਾਰਤੀ ਟਵਿੱਟਰ ਯੂਜ਼ਰਸ ਨੂੰ ਇੱਕ ਮਹੀਨੇ ਲਈ 900 ਰੁਪਏ ਦਾ ਖਰਚਾ ਚੁਕਾਉਣਾ ਪਵੇਗਾ ਜਦੋਂ ਕਿ ਟਵਿੱਟਰ ਦੇ ਬਾਬਾ ਉਪਭੋਗਤਾਵਾਂ ਨੂੰ ਇਸ ਸੇਵਾ ਲਈ 650 ਰੁਪਏ ਪ੍ਰਤੀ ਮਹੀਨਾ ਦੇਣੇ ਹੋਣਗੇ ਹਾਲਾਂਕਿ ਟਵਿੱਟਰ ਯੂਜ਼ਰਸ ਨੂੰ ਸਾਲਾਨਾ ਪਲਾਨ ਵੀ ਆਫਰ ਕੀਤਾ ਜਾ ਰਿਹਾ ਟਵਿੱਟਰ ਬਲੂ ਦੀ ਪੇਡ ਸਰਵਿਸ ਭਾਰਤ ਤੋਂ ਪਹਿਲਾਂ ਇਹਨਾਂ ਦੇ ਨਾਫਿਸ਼ ਕਈ ਦੇਸ਼ਾਂ ਦੇ ਵਿੱਚ ਸ਼ੁਰੂ ਹੋ ਚੁੱਕੀ ਹੈ ਪਤਾ ਲੱਗਾ ਹੈ ਕਿ ਕੰਪਨੀ ਦੇ ਨਵੇਂ ਮਾਲਕ ਜੋ ਕਿ ਅਮਰੀਕਾ ਤੋਂ ਨੇ ਐਲਾਨ ਮਾਸਕ ਨੇ ਪਿਛਲੇ ਸਾਲ ਟਵਿੱਟਰ ਬਲੂਦੀ ਪੇਡ ਸਰਵਿਸ ਬਾਰੇ ਜਾਣਕਾਰੀ ਦੇ ਦਿੱਤੀ ਸੀ ਟਵਿੱਟਰ ਬਲੂ ਨੂੰ ਭਾਰਤ ਤੋਂ ਪਹਿਲਾਂ ਕਈ ਦੇਸ਼ਾਂ 'ਚ ਪੇਸ਼ ਕੀਤਾ ਜਾ ਚੁੱਕਾ ਹੈ ਭਾਰਤ ਤੋਂ ਪਹਿਲਾਂ ਟਵਿੱਟਰ ਬਲੂਦੀ ਪੇਡ ਸਰਵਿਸ ਅਮਰੀਕਾ ਕੈਨੇਡਾ ਯੂਕੇ ਨਿਊਜ਼ੀਲੈਂਡ ਜਾਪਾਨ ਅਤੇ ਆਸਟ੍ਰੇਲੀਆ ਵਰਗੇ ਦੇਸ਼ਾਂ 'ਚ ਸ਼ੁਰੂ ਹੋ ਚੁੱਕੀ ਹੈ ਇਹਨਾਂ ਦੇਸ਼ਾਂ 'ਚ ਯੂਜ਼ਰਸ ਨੂੰ ਟਵਿੱਟਰ ਬਲੂ ਲਈ ਹਰ ਮਹੀਨੇ 8 ਡਾਲਰ ਦੀ ਫੀਸ ਦੇਣੀ ਪੈਂਦੀ ਹੈ ਜਦਕਿ 1 ਸਾਲ ਲਈ ਇਹ ਫੀਸ 84 ਡਾਲਰ ਤੱਕ ਘਟਾ ਦਿੱਤੀ ਗਈ ਹੈ। ਕੈਨੇਡਾ ਦੇ ਵੱਖ-ਵੱਖ ਸੂਬਿਆਂ ਤੋਂ ਆਪਣੀ ਪੜ੍ਹਾਈ ਪੂਰੀ ਕਰਕੇ ਮਾਨਿਟੋਬਾ ਆਏ ਅੰਤਰਰਾਸ਼ਟਰੀ ਵਿਦਿਆਰਥੀਆਂ ਅਤੇ ਕਾਮਿਆਂ ਦੇ ਵੱਲੋਂ ਵਿਨੀਪਾਗ ਦੇ ਪੰਜਾਬ ਕਲਚਰਲ ਸੈਂਟਰ ਵਿਖੇ ਮਾਨਿਟੋਬਾ ਸੁਵਾਈ ਪ੍ਰੋਗਰਾਮ ਵਿੱਚ ਤਬਦੀਲੀਆਂ ਦੀ ਮੰਗ ਨੂੰ ਲੈ ਕੇ ਦੋ ਰੋਜ਼ਾ ਵਿਰੋਧ ਪ੍ਰਦਰਸ਼ਨ ਕੀਤਾ ਗਿਆ। ਵੱਡੀ ਗਿਣਤੀ ਚ ਹਾਜ਼ਰ ਇਸ ਪ੍ਰਦਰਸ਼ਨ ਦੇ ਦੌਰਾਨ ਵਿਦਿਆਰਥੀਆਂ ਅਤੇ ਕਾਮਿਆਂ ਦਾ ਕਹਿਣਾ ਸੀਗਾ ਕਿ ਮਾਨਿਟੋਬਾ ਪ੍ਰਵੈਂਸ਼ੀਅਲ ਨੋਮੀਨੀ ਪ੍ਰੋਗਰਾਮ ਅਣਉਚਿਤ ਤੌਰ ਤੇ ਸੂਬੇ ਚ ਰਹਿਣ ਦੀ ਉਹਨਾਂ ਦੀ ਯੋਗਤਾ ਨੂੰ ਪ੍ਰਭਾਵਿਤ ਕਰ ਰਿਹਾ ਕਿਉਂਕਿ ਉਹਨਾਂ ਵੱਲੋਂ ਮੈਨੀਟੋਬਾ ਆਉਣ ਤੋਂ ਪਹਿਲਾਂ ਕੈਨੇਡਾ ਦੇ ਦੂਜੇ ਸੂਬਿਆਂ ਤੋਂ ਪੜ੍ਹਾਈ ਅਤੇ ਕੰਮ ਦਾ ਤਜਰਬਾ ਹਾਸਲ ਕੀਤਾ ਹੈ ਪ੍ਰਦਰਸ਼ਨਕਾਰੀਆਂ ਦਾ ਕਹਿਣਾ ਸੀਗਾ ਕਿ ਐਮਪੀਐਨਪੀ ਪ੍ਰੋਗਰਾਮ ਅਦੀਨ ਵੱਤ ਤੋਂ ਬਾਅਦ ਹਜ਼ਾਰ ਅੰਕਾਂ ਦੀ ਸੰਭਾਵਨਾ ਹੁੰਦੀ ਹੈ ਜਿਸ ਵਿੱਚ ਕਿਸੇ ਹੋਰ ਸੂਬੇ ਵਿੱਚ ਪੜ੍ਹਾਈ ਕਰਨ ਅਤੇ ਕਿਸੇ ਹੋਰ ਸੂਬੇ ਵਿੱਚ ਕੰਮ ਕਰਨ ਲਈ ਉਹਨਾਂ ਦੇ 200 ਅੰਕ ਕੱਟੇ ਜਾਂਦੇ ਨੇ ਤੇ ਸੂਬਾਈ ਨਾਮਜ਼ਦ ਪ੍ਰੋਗਰਾਮ ਅਦੀਨ ਕੱਢੇ ਜਾਂਦੇ ਡਰਾ ਲੈ ਯੋਗ ਨਹੀਂ ਹੁੰਦੇ ਜਿਸ ਕਾਰਨ ਉਹ ਭਾਰੀ ਮਾਨਸਿਕ ਦਬਾਅ ਹੇਠ ਨੇ ਕਿਉਂਕਿ ਵੱਡੀ ਗਿਣਤੀ ਚ ਡਰਾ ਦਾ ਇੰਤਜ਼ਾਰ ਕਰ ਰਹੇ ਵਿਦਿਆਰਥੀ ਅਤੇ ਕਾਮਿਆਂ ਦੀ ਆਰਜ਼ੀ ਵਰਕ ਪਰਮਿਟ ਦੀ ਮਿਆਦ ਜਲਦੀ ਖਤਮ ਹੋ ਰਹੀ ਹੈ ਅਤੇ ਉਹ ਸਰਕਾਰ ਕੋਲੋਂ ਮੰਗ ਕਰਦੇ ਨੇ ਕਿ ਐਮਪੀਐਨਪੀ ਪ੍ਰੋਗਰਾਮ ਵਿੱਚ ਜਲਦ ਤੋਂ ਜਲਦ ਤਬਦੀਲੀ ਕੀਤੀ ਜਾਏ ਤਾਂ ਜੋ ਆਪਣੀ ਸਥਾਈ ਰਿਹਾਈਸ਼ ਪ੍ਰਾਪਤ ਕਰ ਸਕਣ ਜ਼ਿਕਰਯੋਗੇ ਕੀ ਪ੍ਰਵੈਂਸ਼ੀਅਲ ਨਾਮਜ਼ਦ ਪ੍ਰੋਗਰਾਮ ਦੇ ਅੰਕਾਂ ਦੀ ਯੋਗਤਾ ਹਾਲੀ ਦੇ ਸਾਲਾਂ ਵਿੱਚ ਵਧੀ ਹੈ ਜੋ ਕਿ ਲਗਭਗ 750 ਦੇ ਕਰੀਬ ਹੈ ਜਦਕਿ ਇਸ ਤੋਂ ਪਹਿਲਾਂ ਇਹ ਯੋਗਤਾ 600 ਅੰਕਾਂ ਦੇ ਨੇੜੇ ਤੇੜੇ ਹੁੰਦੀ ਸੀ ਇਸ ਪ੍ਰਦਰਸ਼ਨ ਦੇ ਦੌਰਾਨ ਖਾਲਸਾ ਐਂਡ ਵਿਨੀਪਾਕ ਦੇ ਵੱਲੋਂ ਪ੍ਰਦਰਸ਼ਨਕਾਰੀਆਂ ਲਈ ਲੰਗਰ ਅਤੇ ਹੋਰ ਜ਼ਰੂਰਤ ਜਿਹੜੀਆਂ ਮੰਤ ਚੀਜ਼ਾਂ ਸਨ ਉਹਨਾਂ ਦਾ ਪ੍ਰਬੰਧ ਕੀਤਾ ਗਿਆ। ਕੈਨੇਡਾ ਤੋਂ ਪੰਜਾਬੀਆਂ ਲਈ ਇੱਕ ਹੋਰ ਮੰਦਭਗੀ ਖਬਰ ਸਾਹਮਣੇ ਆਈ ਜਿੱਥੇ ਮਾਨਸਾ ਦੇ ਵਾਸੀ 18 ਸਾਲਾ ਗੁਰਜੂਰ ਸਿੰਘ ਦੀ ਮੌਤ ਹੋ ਗਈ। ਵਿਦੇਸ਼ ਵਿੱਚ ਪੜਾਈ ਕਰ ਰਿਹਾ ਗੁਰਜੂਰ ਸਿੰਘ ਹੱਥ ਖਰਾਬ ਹੋਣ ਕਾਰਨ ਭਾਰਤ ਦਾ ਗੀੜਾ ਲਗਾ ਕੇ ਅਜੇ 1 ਮਹੀਨਾ ਪਹਿਲਾਂ ਹੀ ਕੈਨੇਡਾ ਪਹੁੰਚਿਆ ਸੀ ਪਰ ਕੁਝ ਦਿਨ ਬਾਅਦ ਹੀ ਉਸ ਦੀ ਮੌਤ ਦੀ ਖਬਰ ਉਸਦੇ ਮਾਪਿਆਂ ਤੱਕ ਪਹੁੰਚ ਗਈ। ਕੈਨੇਡਾ ਦੇ ਮੌਂਟਰੀਅਲ ਸ਼ਹਿਰ ਦੇ ਉੱਤਰ ਵਿੱਚ ਸਥਿਤ ਲਾਵਲ ਵਿੱਚ ਇੱਕ ਕੇਅਰ ਸੈਂਟਰ 'ਚ ਵਸਦੇ ਦਾਖਲ ਹੋਣ ਕਾਰਨ ਦੋ ਬੱਚਿਆਂ ਦੀ ਮੌਤ ਹੋ ਗਈ ਅਤੇ 6 ਹੋਰ ਜ਼ਖਮੀ ਹੋ ਗਏ ਨੇ ਇੱਕ ਨਿਊਜ਼ ਏਜੰਸੀ ਨੇ ਸਥਾਨਕ ਮੀਡੀਆ ਦੇ ਹਵਾਲੇ ਨਾਲ ਦੱਸਿਆ ਕਿ ਸਿਟੀ ਵਾਸ ਬੁੱਧਵਾਰ ਸਵੇਰੇ 8:30 ਵਜੇ ਦੇ ਕਰੀਬ ਸੈਂਟਰਾਸ ਕੇਅਰ ਵਿੱਚ ਦਾਖਲ ਹੋਈ ਇਤਹਾਸੇ ਮਗਰੋਂ ਇੱਕ ਬੱਚੇ ਨੂੰ ਮੌਕੇ ਤੇ ਮ੍ਰਿਤਕ ਐਲਾਨ ਦਿੱਤਾ ਗਿਆ ਤੇ 7 ਹੋਰਾਂ ਨੂੰ ਹਸਪਤਾਲ ਲਜਾਇਆ ਗਿਆ ਜਿੱਥੇ ਇੱਕ ਹੋਰ ਬੱਚੇ ਦੀ ਮੌਤ ਹੋ ਗਈ ਬਾਂਟਰੀਅਲ ਦੇ ਸਤੀ ਜਸਟਿਨ ਚਿਲਡਰਨ ਹਸਪਤਾਲ ਦੇ ਬੁਲਾਰੇ ਮਾ ਗਿਰਾਡ ਨੇ ਕਿਹਾ ਕਿ ਹਾਦਸੇ ਤੋਂ ਬਾਅਦ 3 ਤੋਂ 5 ਸਾਲ ਦੀ ਉਮਰ ਦੇ ਚਾਰ ਬੱਚਿਆਂ ਨੂੰ ਹਸਪਤਾਲ ਵਿੱਚ ਦਾਖਲ ਕਰਵਾਇਆ ਗਿਆ ਸੀ ਹਸਪਤਾਲ ਪੌਂਸਨ ਤੇ ਦੋ ਮੁੰਡੇ ਅਤੇ ਦੋ ਲੜਕੀਆਂ ਹੋਸ਼ ਵਿੱਚ ਸਨ ਉਹਨਾਂ ਵਿੱਚੋਂ ਇੱਕ ਇੰਟੈਂਸਿਵ ਕੇਅਰ ਵਿੱਚ ਹੈ ਜਦਕਿ ਬਾਕੀਆਂ ਦਾ ਮੁਲਾਂਕਣ ਕੀਤਾ ਜਾ ਰਿਹਾ ਹੈ 51 ਸਾਲਾ ਡਰਾਈਵਰ ਨੂੰ ਕਥਿਤ ਤੌਰ ਤੇ ਲਵਲ ਪੁਲਿਸ ਨੇ ਘਟਨਾ ਸਥਾਨ ਤੇ ਗ੍ਰਫਤਾਰ ਕਰ ਲਿਆ ਹੈ ਅਤੇ ਉਸ ਨੂੰ ਨੌ ਦੋਸ਼ਾਂ ਦਾ ਸਾਹਮਣਾ ਕਰਨਾ ਪਿਆ ਜਿਸ ਵਿੱਚ ਪਹਿਲੀ ਡਿਗਰੀ ਕਤਲ ਦੇ ਦੋ ਮਾਮਲੇ ਕਤਲ ਦੀ ਕੋਸ਼ਿਸ਼ ਗੰਭੀਰ ਹਮਲੇ ਦੇ ਦੋ ਮਾਮਲੇ ਤੇ ਸਰੀਰਕ ਨੁਕਸਾਨ ਪਹੁੰਚਾਉਣ ਵਾਲੇ ਹਥਿਆਰ ਨਾਲ ਹਮਲੇ ਦੇ ਚਾਰ ਮਾਮਲੇ ਸ਼ਾਮਲ ਨੇ ਉਹ ਵਿਦਵਾਰ ਦੁਪਹਿਰ ਮੌਂਟਰੀਅਲ ਏਰੀਆ ਹਸਪਤਾਲ ਤੋਂ ਵੀਡੀਓ ਕਾਨਫਰੰਸ ਰਾਹੀਂ ਪੇਸ਼ ਹੋਇਆ ਰਿਪੋਰਟਾਂ ਵਿੱਚ ਕਿਹਾ ਗਿਆ ਹੈ ਕਿ ਡਰਾਈਵਰ ਨੂੰ 17 ਫਰਵਰੀ ਨੂੰ ਅਗਲੀ ਪੇਸ਼ੀ ਤੱਕ ਹਿਰਾਸਤ ਵਿੱਚ ਰੱਖਿਆ ਜਾਏਗਾ ਗਵਾਂਡਿਆਂ ਵਿੱਚ ਰਹਿਣ ਵਾਲੇ ਇਤਿਹਾਸ ਦੇ ਗਵਾਹ ਹਮਦੀ ਬੈਣ ਨੇ ਕੈਨੇਡIAN ਮੀਡੀਆ ਨੂੰ ਦੱਸਿਆ ਕਿ ਵਾਹ 30 ਜਾਂ 40 ਕਿਲੋਮੀਟਰ ਪ੍ਰਤੀ ਘੰਟੇ ਦੀ ਰਫ਼ਤਾਰ ਨਾਲ ਜਾ ਰਹੀ ਸੀ ਜਦੋਂ ਇਹ ਡੇ ਕੇਅਰ ਵਿੱਚ ਦਾਖਲ ਹੋਈ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਨੇ ਬੁੱਧਵਾਰ ਸ਼ਾਮ ਨੂੰ ਹਾਊਸ ਆਫ ਕਾਮਨਸ ਵਿੱਚ ਕਿਹਾ ਮੈਂ ਕਲਪਨਾ ਨਹੀਂ ਕਰ ਸਕਦਾ ਕਿ ਮਾਰੇ ਗਏ ਬੱਚਿਆਂ ਦੇ ਪਰਿਵਾਰ ਅਤੇ ਅਸਲ ਵਿੱਚ ਜੋ ਗੰਭੀਰ ਰੂਪ ਵਿੱਚ ਜ਼ਖਮੀ ਹੋਏ ਨੇ ਇਸ ਸਮੇਂ ਕਿਸ ਤਰ੍ਹਾਂ ਦੇ ਹਾਲਾਤਾਂ ਵਿੱਚੋਂ ਗੁਜ਼ਰ ਰਹੇ ਨੇ ਮੈਂ ਜਾਣਦਾ ਹਾਂ ਕਿ ਉਹਨਾਂ ਦੇ ਮਾਪਿਆਂ ਲਈ ਕੋਈ ਸ਼ਬਦ ਨਹੀਂ ਜਿਨ੍ਹਾਂ ਨੇ ਇਸ ਤਰ੍ਹਾਂ ਦੇ ਆਪਣੇ ਬੱਚੇ ਘਵਾ ਦਿੱਤੇ ਅਸੀਂ ਉਹਨਾਂ ਦਾ ਸਮਰਥਨ ਕਰਨ ਲਈ ਜੋ ਕੁਝ ਵੀ ਕਰ ਸਕਦੇ ਹਾਂ ਉਹ ਕਰਾਂਗੇ ਸਥਾਨਕ ਮੀਡੀਆ ਰਿਪੋਰਟਾਂ ਵਿੱਚ ਕਿਹਾ ਗਿਆ ਹੈ ਕਿ ਡੇ ਕੇਅਰ ਸੈਂਟਰ ਵਿੱਚ ਆਮ ਤੌਰ ਤੇ 80 ਤੋਂ 85 ਬੱਚੇ ਰਹਿ ਸਕਦੇ ਨੇ ਕੈਨੇਡਾ ਵਿੱਚ ਇੱਕ ਲੜਕੀ ਜੂਲੀਅਟ ਲੈਮੋਰ ਦੀ ਜ਼ਿੰਦਗੀ ਉਸ ਸਮੇਂ ਬਦਲ ਗਈ ਜਦੋਂ ਉਸਦੀ ਕਰੋੜਾਂ ਰੁਪਏ ਦੀ ਲੋਟਰੀ ਲੱਗ ਗਈ। ਜਦੋਂ ਸੇ ਲੜਕੀ ਸਟੋਰ ਵਿੱਚ ਆਪਣੇ ਦਾਦੇ ਨਾਲ ਕੁਝ ਖਰੀਦਦਾਰੀ ਕਰਨ ਗਈ ਸੀ ਇੱਥੇ ਉਸਦੇ ਦਾਦਾ ਨੇ ਉਸਦੇ 18ਵੇਂ ਜਨਮ ਦਿਨ ਨੂੰ ਯਾਦਗਾਰ ਬਣਾਉਣ ਦੇ ਲਈ ਉਸ ਨੂੰ ਲੋਟਰੀ ਟਿਕਟ ਖਰੀਦਣ ਦੀ ਸਲਾਹ ਦਿੱਤੀ। ਪਰ ਲੜਕੀ ਦੁਚਿੱਤੇ ਵਿੱਚ ਸੀ ਉਹ ਲੋਟਰੀ ਖਰੀਦੇ ਜਾਣਾ ਪਰ ਦਾਦੇ ਨੇ ਜ਼ੋਰ ਪਾਉਣ ਤੇ ਉਸਨੇ ਲੋਟਰੀ ਦਾ ਟਿਕਟ ਖਰੀਦ ਲਿਆ ਅਤੇ ਭੁੱਲ ਗਈ। ਇੱਕ ਦਿਨ ਉਸਦੇ ਦਫ਼ਤਰ ਵਿੱਚ ਕੰਮ ਕਰਦੇ ਕੁਝ ਲੋਕ ਲੋਟਰੀ ਟਿਕਟ ਬਾਰੇ ਚਰਚਾ ਕਰ ਰਹੇ ਸੀ। ਫਿਰ ਉਸ ਦਾ ਧਿਆਨ ਲਾਟਰੀ ਟਿਕਟ ਵੱਲ ਨਹੀਂ ਗਿਆ ਫਿਰ ਉਸਨੇ ਇੱਕ ਅਖਬਾਰ ਵਿੱਚ ਖਬਰ ਦੇਖੀ ਜਿਸ ਵਿੱਚ ਲਾਟਰੀ ਟਿਕਟ ਦਾ ਜ਼ਿਕਰ ਕੀਤਾ ਗਿਆ ਸੀ ਇਸ ਤੋਂ ਬਾਅਦ ਉਸ ਨੂੰ ਅਚਾਨਕ ਅਹਿਸਾਸ ਹੋਇਆ ਕਿ ਉਸਨੇ ਲਾਟਰੀ ਦੀ ਟਿਕਟ ਖਰੀਦੀ ਸੀ ਬਾਅਦ ਵਿੱਚ ਉਸਨੇ ਆਪਣੀ ਟਿਕਟ ਸਕ੍ਰੈਚ ਕੀਤੀ ਤੇ ਨਤੀਜਾ ਦੇਖ ਕੇ ਉਹਦੇ ਹੋਸ਼ ਉੱਡ ਗਏ ਕਿਉਂਕਿ ਉਸਦੀ ਸੱਚਮੁੱਚ 48 ਮਿਲੀਅਨ ਕੈਨੇਡੀਅਨ ਡਾਲਰ ਦੀ ਲਾਟਰੀ ਲੱਗ ਗਈ ਸੀ ਭਾਰਤੀ ਗ੍ਰੰਥੀ ਦੇ ਮੁਤਾਬਕ ਇਹ ਰਕਮ 290 ਕਰੋੜ ਰੁਪਏ ਬਣਦੀ ਹੈ ਲਾਟਰੀ ਮਿਲਣ ਮਗਰੋਂ ਉਸਨੇ ਆਪਣਾ ਚਾਰਟਰਡ ਪਲਾਨ ਲੰਡਨ ਵਿੱਚ 40 ਕਰੋੜ ਰੁਪਏ ਦਾ ਆਲਿਚਾਨ ਬੰਗਲਾ ਅਤੇ ਇੱਕ ਮਰਸੀਡੀਜ਼ ਕਾਰ ਖਰੀਦੀ ਉਸਦੇ ਕੋਲ ਹੁਣ 140 ਕਰੋੜ ਬਚੇ ਨੇ ਰੂਸੀ ਹਮਲੇ ਤੋਂ ਬਾਅਦ ਆਪਣੀ ਪਹਿਲੀ ਬ੍ਰਿਟੇਨ ਯਾਤਰਾ ਤੇ ਯੂਕਰੇਨ ਦੇ ਰਾਸ਼ਟਰਪਤੀ ਬਲਾਦੀਮੀਰ ਜ਼ੇਲੈਂਸਕੀ ਬੁੱਧਵਾਰ ਨੂੰ ਬ੍ਰਿਟੇਨ ਦੇ ਪ੍ਰਧਾਨ ਮੰਤਰੀ ਰਿਸ਼ੀ ਸੁੰਕਨਲ ਮੁਲਾਕਾਤ ਕਰਨਗੇ ਯੂਕਰੇਨ ਦੇ ਰਾਸ਼ਟਰਪਤੀ ਸੰਸਦ ਨੂੰ ਵੀ ਸੰਬੋਧਨ ਕਰਨਗੇ ਤੇ ਉਹਨਾਂ ਦਾ ਮਹਾਰਾਜਾ ਚਾਰਲਸ ਨਾਲ ਮੁਲਾਕਾਤ ਦਾ ਪ੍ਰੋਗਰਾਮ ਹੈ ਇਸ ਦੌਰਾਨ ਅਜਿਹੇ ਸਮਝ ਹੋ ਰਿਹਾ ਹੈ ਜਿਵੇਂ ਸੁੰਕ ਨੇ ਯੂਕਰੇਨ ਦੇ ਲੜਾਕੂ ਪਾਇਲਟਾਂ ਤੇ ਮਰੀਨਾ ਨੂੰ ਉਹਨਾਂ ਦੀਆਂ ਰੱਖਿਆ ਸਮਰੱਥਾਵਾਂ ਦੀ ਮਦਦ ਦੇ ਲਈ ਬ੍ਰਿਟੇਨ ਵੱਲੋਂ ਜਾਰੀ ਸਹਿਯੋਗ ਦਾ ਵਾਅਦਾ ਕੀਤਾ ਹੈ ਵੰਗਿੰਗਮ ਪੈਲੇਸ ਨੇ ਕਿਹਾ ਕਿ ਜ਼ੇਲੈਂਸਕੀ ਇੱਕ ਅਚਾਨਕ ਮੁਲਾਕਾਤ ਵਜੋਂ ਮਹਾਰਾਜਾ ਚਾਰਲਸ III ਨਾਲ ਬੈਠਕ ਕਰਨਗੇ شاہੀ ਮਹਿਲ ਮੁਤਾਬਕ ਸੁਰੱਖਿਆ ਕਾਰਨਾ ਕਰਕੇ ਇਸ ਸੰਬੰਧੀ ਪਹਿਲਾਂ ਕੋਈ ਐਲਾਨ ਨਹੀਂ ਕੀਤਾ ਗਿਆ ਸੀ ਬ੍ਰਿਟਿਸ਼ ਸਰਕਾਰ ਦੇ ਅਧਿਕਾਰੀਆਂ ਦੇ ਅਨੁਸਾਰ ਆਗੋਂ ਇੱਥੇ ਪ੍ਰਧਾਨ ਮੰਤਰੀ ਦੀ ਸਰਕਾਰੀ ਰਿਹائش 10 ਡਾਊਨਿੰਗ ਸਟਰੀਟ ਤੇ ਮੁਲਾਕਾਤ ਦੌਰਾਨ ਯੂਕਰੇਨ ਲਈ ਬ੍ਰਿਟੇਨ ਦੇ ਸਮਰਥਨ ਦੇ ਲਈ ਦੋ ਪੱਖੀ ਪਹੁੰਚ ਤੇ ਚਰਚਾ ਕਰਨਗੇ ਇਹ ਰੂਸ ਦੇ ਹਮਲੇ ਦਾ ਮੁਕਾਬਲਾ ਕਰਨ ਵਿੱਚ ਮਦਦ ਦੇ ਲਈ ਦੇਸ਼ ਚ ਫੌਜੀ ਸਾਜ਼ੋ-ਸਮਾਨ ਦੇ ਫੌਰੀ ਵਾਤੇ ਨਾਲ ਸ਼ੁਰੂ ਹੋਏਗਾ ਸੁਨਕ ਨੇ ਕਿਹਾ ਰਾਸ਼ਟਰਪਤੀ ਜ਼ਲਨਸਕੀ ਦਾ ਬ੍ਰਿਟੇਨ ਦੌਰਾ ਉਹਨਾਂ ਦੇ ਦੇਸ਼ ਦੀ ਹਿੰਮਤ ਅਤੇ ਦ੍ਰਿੜਤਾ ਅਤੇ ਜੁਝਾਰੂਪਣ ਦਾ ਸਬੂਤ ਹੈ ਅਤੇ ਸਾਡੇ ਦੋਵਾਂ ਦੇਸ਼ਾਂ ਵਿਚਕਾਰ ਅਟੁੱਟ ਦੋਸਤੀ ਦਾ ਗਵਾਹ ਹੈ ਸੁਨਕ ਨੇ ਕਿਹਾ ਉਹਨਾਂ ਨੇ 2014 ਤੋਂ ਬ੍ਰਿਟੇਨ ਨੇ ਯੂਕਰੇਨੀ ਬਲਾਂ ਨੂੰ ਮਹੱਤਵਪੂਰਨ ਸਖਲਾਈ ਪ੍ਰਦਾਨ ਕੀਤੀ ਹੈ ਜਿਸ ਨਾਲ ਉਹ ਆਪਣੇ ਦੇਸ਼ ਪ੍ਰਭੂਸੱਤਾ ਦੀ ਰੱਖਿਆ ਕਰਨ ਅਤੇ ਆਪਣੇ ਖੇਤਰ ਦੇ ਲਈ ਲੜਨ ਦੇ ਯੋਗ ਬਣਦੇ ਨੇ ਪਾਕਿਸਤਾਨ ਦੇ ਅਧਿਕਾਰੀਆਂ ਨੇ ਸਿੰਧ ਸੂਬੇ 'ਚ ਰਹਿ ਰਹੇ 190 ਹਿੰਦੂਆਂ ਨੂੰ ਭਾਰਤ ਦੀ ਯਾਤਰਾ ਤੇ ਜਾਣ ਤੋਂ ਰੋਕ ਦਿੱਤਾ ਕਿਉਂਕਿ ਉਹ ਆਪਣੀ ਯਾਤਰਾ ਦੇ ਮਕਸਦ ਬਾਰੇ ਤਸੱਲੀ ਬਖਸ਼ ਜਵਾਬ ਨਹੀਂ ਦੇ ਸਕੇ ਐਕਸਪ੍ਰੈਸ ਟ੍ਰਿਬਿਊਨ ਅਖਬਾਰ ਦੇ ਮੁਤਾਬਕ ਸਿੰਧ ਦੇ ਕਈ ਹਿੱਸਿਆਂ ਤੋਂ ਬੱਚਿਆਂ ਤੇ ਔਰਤਾਂ ਸਮੇਤ ਕਈ ਹਿੰਦੂ ਪਰਿਵਾਰ ਮੰਗਲਵਾਰ ਨੂੰ ਬਾγκα ਬਾਰਡਰ ਪਹੁੰਚੇ ਸਨ ਉਹਨਾਂ ਕੋਲ ਵੀਜ਼ਾ ਸੀ ਤੀਰਥ ਯਾਤਰਾ ਲਈ ਭਾਰਤ ਜਾਣਾ ਚਾਹੁੰਦੇ ਸੀ ਪਰ ਪਾਕਿਸਤਾਨੀ ਇਮੀਗ੍ਰੇਸ਼ਨ ਅਧਿਕਾਰੀਆਂ ਨੇ ਆਗਿਆ ਨਹੀਂ ਦਿੱਤੀ ਕਿਉਂਕਿ ਉਹ ਯਾਤਰਾ ਦੇ ਮਕਸਦ ਬਾਰੇ ਸਪਸ਼ਟ ਜਵਾਬ ਨਹੀਂ ਦੇ ਸਕੇ ਸਨ Hindu ਪਰਿਵਾਰ ਧਾਰਮਿਕ ਵੀਜ਼ਾ ਤੇ ਭਾਰਤ ਜਾਂਦੇ ਨੇ ਤੇ ਲੰਬੇ ਸਮੇਂ ਤੱਕ ਭਾਰਤ ਰੁਕਦੇ ਨੇ ਇਸ ਸਮੇਂ ਵੱਡੀ ਗਿਣਤੀ ਚ ਚਾਹੇ Hindu ਰਾਜਸਥਾਨ ਤੇ ਦਿੱਲੀ ਚ ਰਹਿ ਰਹੇ ਨੇ ਪਾਕਿਸਤਾਨ ਦੀ ਕੁੱਲ ਆਬਾਦੀ ਚ 1.8% Hindu ਨੇ Hindu ਸਮੇਤ ਹੋਰ ਘੱਟ ਗਿਣਤੀ ਬਹੁਤ ਗਰੀਬ ਨੇ ਤੇ ਪਾਕਿਸਤਾਨ ਦੇ ਵਿਧਾਨਕ ਪ੍ਰਣਾਲੀ ਚ ਇਹਨਾਂ ਦੀ ਨੁਮਾਇੰਦਗੀ ਨਾ ਦੇ ਬਰਾਬਰ ਹੈ ਪਾਕਿਸਤਾਨ ਚ ਸਭ ਤੋਂ ਜ਼ਿਆਦਾ Hindu ਆਬਾਦੀ ਸਿੰਧ ਚ ਹੈ ਉਹਨਾਂ ਨੂੰ ਅਕਸਰ ਹੀ ਕੱਟੜਪੰਥੀਆਂ ਦੇ ਅਤਿਆਚਾਰ ਦਾ ਸਾਹਮਣਾ ਵੀ ਕਰਨਾ ਪੈਂਦਾ ਹੈ। ਯੂਕੇ ਵਿੱਚ ਅਨੇ ਦਿਨੀ ਇੱਕ ਮਹਿਲਾ ਪੰਜਾਬੀ ਜੱਜ ਸੁਰਖੀਆਂ 'ਚ ਛਾਈ ਹੋਈ ਹੈ ਜਿਸ ਨੇ ਜ਼ਬਰ ਜਨਾਹ ਦੇ ਦੋਸ਼ਾਂ ਵਿੱਚ ਕਿਰੇਕ ਸਾਪਕਾ ਪੁਲਿਸ ਅਧਿਕਾਰੀ ਨੂੰ 36 ਸਾਲ ਉਮਰ ਕੈਦ ਦੀ ਸਜ਼ਾ ਸੁਣਾਈ। ਇਸ ਦੇ ਨਾਲ ਹੀ ਉਸ ਨੂੰ 30 ਸਾਲ ਕੋਈ ਪੈਰੋਲ ਨਾ ਦੇਣ ਦਾ ਹੁਕਮ ਵੀ ਦਿੱਤਾ ਹੈ। ਇਸ ਤਰ੍ਹਾਂ ਹੁਣ ਤੱਕ ਦੀਆਂ ਖਬਰਾਂ ਮੈਨੂੰ ਬਰਨ ਕੌਰ ਮਾਨੂੰ ਦਿਵਾ ਗਿਆ ਹੋਰ ਖਬਰਾਂ ਦੇ ਲਈ ਸਾਡਾ YouTube ਚੈਨਲ ਪੰਜਾਬ ਮੇਲ US TV ਜ਼ਰੂਰ ਸਬਸਕ੍ਰਾਈਬ ਕਰੋ ਜੀ ਸ਼ੁਕਰੀਆ ਸਾਸ਼ਟ੍ਰੀਕਾਲ